ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਹੋ ਚੁੱਕੇ ਨੇ, ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਜ਼ਰਾ ਗੌਰ ਦੇ ਨਾਲ ਦੇਖੋ, ਦੋ ਕੁੜੀਆਂ ਗਲੀ ਦੇ ਵਿੱਚ ਤੁਰੀਆਂ ਆ ਰਹੀਆਂ ਨੇ ਤਾਂ ਦੋ ਬਾਈਕ ਤੇ ਸਵਾਰ ਹੋ ਕੇ ਲੁਟੇਰੇ ਆਏ ਜਿਨ੍ਹਾਂ ਨੇ ਇੱਕ ਕੁੜੀ ਦਾ ਬੈਗ ਝਪਟ ਲਿਆ। ਕੁੜੀ ਨੇ ਬੈਗ ਨਹੀਂ ਛੱਡਿਆ ਤਾਂ ਉਸਨੂੰ ਘੜੀਸ ਕੇ ਦੂਰ ਤੱਕ ਲੈ ਗਏ। ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਫਿਰੋਜ਼ਪੁਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਸੋਢੀ ਇੰਦਰ ਸਿੰਘ ਵਾਲੀ ਗਲੀ ਦੇ ਵਿੱਚ ਦੋ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੁੜੀ ਦੇ ਰਗੜਾਂ ਲੱਗੀਆਂ ਨੇ, ਗੁੱਜੀਆਂ ਸੱਟਾਂ ਲੱਗੀਆਂ ਨੇ, ਬੈਗ ਨਹੀਂ ਛੱਡਿਆ ਤਾਂ ਲੁਟੇਰਿਆਂ ਨੇ ਕੁੜੀ ਨੂੰ ਘੜੀਸ ਰਿਹਾ ਦੂਰ ਤੱਕ ਲੈ ਗਏ। ਇਸ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਦੂਜੇ ਬੰਨੇ ਇਹਨਾਂ ਤਸਵੀਰਾਂ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੇ ਵਿੱਚ ਰੋਸ ਹੈ। ਉਹਨਾਂ ਦੇ ਵੱਲੋਂ ਪੁਲਿਸ 'ਤੇ ਸਵਾਲ ਚੁੱਕੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਦੇ ਹੌਸਲੇ ਬੁਲੰਦ ਨੇ, ਪਰ ਇਹਨਾਂ ਨੂੰ ਹਾਲੇ ਤੱਕ ਕਾਬੂ ਨਹੀਂ ਕੀਤਾ ਗਿਆ। ਦੋ ਕੁੜੀਆਂ ਪੈਦਲ ਤੁਰੀਆਂ ਜਾ ਰਹੀਆਂ ਨੇ ਔਰ ਮੌਕੇ ਦੀ ਤਲਾਸ਼ ਦੇ ਵਿੱਚ ਖੜ੍ਹੇ ਦੋ ਲੁਟੇਰੇ ਇੱਕ ਬਾਈਕ 'ਤੇ ਸਵਾਰ ਹੋ ਕੇ ਆਉਂਦੇ ਨੇ ਔਰ ਇੱਕ ਕੁੜੀ ਦਾ ਬੈਗ ਝਪਟ ਕੇ ਇੱਥੋਂ ਫਰਾਰ ਹੋ ਜਾਂਦੇ ਨੇ। ਕੁੜੀ ਬੈਗ ਨਹੀਂ ਛੱਡਦੀ ਤਾਂ ਉਸਨੂੰ ਘੜੀਸ ਕੇ ਦੂਰ ਤੱਕ ਲੈ ਜਾਂਦੇ ਨੇ। ਇਹਨਾਂ ਦਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਲੋਕਾਂ ਦੇ ਵਿੱਚ ਭਾਰੀ ਰੋਸ ਆ ਜਿਹੜਾ ਉਹ ਪਾਇਆ ਜਾ ਰਿਹਾ। ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ, ਦੋ ਕੁੜੀਆਂ ਜਾ ਰਹੀਆਂ, ਉਹਨਾਂ ਦੇ ਪਿੱਛੇ ਚੋਰ ਆਏ ਨੇ। ਸੋਢੀ ਇੰਦਰ ਸਿੰਘ ਵਾਲੀ ਗਲੀ ਦੀ ਵੀਡੀਓ ਹੈ, ਤੁਸੀਂ ਇਹ ਦੇਖ ਸਕਦੇ ਹੋ ਵੀ ਚੋਰਾਂ ਦੇ ਹੌਸਲੇ ਕਿੰਨੇ ਵੱਧ ਚੁੱਕੇ ਹੋਏ ਨੇ। ਕਿਸੇ ਦੀ ਧੀ ਭੈਣ ਸੇਫ ਨਹੀਂ ਹੈਗੀ, ਕੋਈ ਵਪਾਰੀ ਸੇਫ ਨਹੀਂ ਹੈਗਾ। ਫਿਰੋਜ਼ਪੁਰ ਦੇ ਵਿੱਚ ਆਏ ਦਿਨ ਵਾਰਦਾਤਾਂ ਹੁੰਦੀਆਂ ਰਹਿੰਦੀਆਂ, ਕਿਸੇ ਦਾ ਬਾਈਕ ਚੱਕਿਆ ਜਾਂਦਾ ਜਾਂ ਲੁੱਟਾ ਖੋਮ ਹੋ ਜਾਂਦੀਆਂ ਜਾਂ ਕਿਸੇ ਘਰੇ ਜਾ ਕੇ ਚੋਰੀ ਹੋ ਜਾਂਦੀ ਹੈ। ਪਲੀਜ਼ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ। ਫਿਰੋਜ਼ਪੁਰ ਸ਼ਹਿਰ ਦਾ ਮਾਹੌਲ ਨਾ ਵਿਗੜੇ, ਕਿਉਂਕਿ ਬਹੁਤ ਜ਼ਿਆਦਾ ਇੱਥੇ ਚੋਰੀ ਦੀਆਂ ਵਾਰਦਾਤਾਂ ਵਧੀ ਜਾਂਦੀਆਂ, ਲੁੱਟਾਂ ਖੋਮਾਂ ਵਧੀ ਜਾਂਦੀਆਂ। ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਹੋ ਚੁੱਕੇ ਨੇ, ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਜ਼ਰਾ ਗੌਰ ਦੇ ਨਾਲ ਦੇਖੋ, ਦੋ ਕੁੜੀਆਂ ਗਲੀ ਦੇ ਵਿੱਚ ਤੁਰੀਆਂ ਆ ਰਹੀਆਂ ਨੇ ਤਾਂ ਦੋ ਬਾਈਕ 'ਤੇ ਸਵਾਰ ਹੋ ਕੇ ਲੁਟੇਰੇ ਆਏ ਜਿਨ੍ਹਾਂ ਨੇ ਇੱਕ ਕੁੜੀ ਦਾ ਬੈਗ ਝਪਟ ਲਿਆ। ਕੁੜੀ ਨੇ ਬੈਗ ਨਹੀਂ ਛੱਡਿਆ ਤਾਂ ਉਸਨੂੰ ਘੜੀਸ ਕੇ ਦੂਰ ਤੱਕ ਲੈ ਗਏ। ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਫਿਰੋਜ਼ਪੁਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਸੋਢੀ ਇੰਦਰ ਸਿੰਘ ਵਾਲੀ ਗਲੀ ਦੇ ਵਿੱਚ ਦੋ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੁੜੀ ਦੇ ਰਗੜਾਂ ਲੱਗੀਆਂ ਨੇ, ਗੁੱਜੀਆਂ ਸੱਟਾਂ ਲੱਗੀਆਂ ਨੇ, ਬੈਗ ਨਹੀਂ ਛੱਡਿਆ ਤਾਂ ਲੁਟੇਰਿਆਂ ਨੇ ਕੁੜੀ ਨੂੰ ਘੜੀਸ ਰਿਹਾ ਦੂਰ ਤੱਕ ਲੈ ਗਏ। ਇਸ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਦੂਜੇ ਬੰਨੇ ਇਹਨਾਂ ਤਸਵੀਰਾਂ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੇ ਵਿੱਚ ਰੋਸ ਹੈ। ਉਹਨਾਂ ਦੇ ਵੱਲੋਂ ਪੁਲਿਸ 'ਤੇ ਸਵਾਲ ਚੁੱਕੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਦੇ ਹੌਸਲੇ ਬੁਲੰਦ ਨੇ, ਪਰ ਇਹਨਾਂ ਨੂੰ ਹਾਲੇ ਤੱਕ ਕਾਬੂ ਨਹੀਂ ਕੀਤਾ ਗਿਆ। ਦੋ ਕੁੜੀਆਂ ਪੈਦਲ ਤੁਰੀਆਂ ਜਾ ਰਹੀਆਂ ਨੇ ਔਰ ਮੌਕੇ ਦੀ ਤਲਾਸ਼ ਦੇ ਵਿੱਚ ਖੜ੍ਹੇ ਦੋ ਲੁਟੇਰੇ ਇੱਕ ਬਾਈਕ 'ਤੇ ਸਵਾਰ ਹੋ ਕੇ ਆਉਂਦੇ ਨੇ ਔਰ ਇੱਕ ਕੁੜੀ ਦਾ ਬੈਗ ਝਪਟ ਕੇ ਇੱਥੋਂ ਫਰਾਰ ਹੋ ਜਾਂਦੇ ਨੇ। ਕੁੜੀ ਬੈਗ ਨਹੀਂ ਛੱਡਦੀ ਤਾਂ ਉਸਨੂੰ ਘੜੀਸ ਕੇ ਦੂਰ ਤੱਕ ਲੈ ਜਾਂਦੇ ਨੇ। ਇਹਨਾਂ ਦਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਲੋਕਾਂ ਦੇ ਵਿੱਚ ਭਾਰੀ ਰੋਸ ਆ ਜਿਹੜਾ ਉਹ ਪਾਇਆ ਜਾ ਰਿਹਾ। ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ, ਦੋ ਕੁੜੀਆਂ ਜਾ ਰਹੀਆਂ, ਉਹਨਾਂ ਦੇ ਪਿੱਛੇ ਚੋਰ ਆਏ ਨੇ। ਸੋਢੀ ਇੰਦਰ ਸਿੰਘ ਵਾਲੀ ਗਲੀ ਦੀ ਵੀਡੀਓ ਹੈ, ਤੁਸੀਂ ਇਹ ਦੇਖ ਸਕਦੇ ਹੋ ਵੀ ਚੋਰਾਂ ਦੇ ਹੌਸਲੇ ਕਿੰਨੇ ਵੱਧ ਚੁੱਕੇ ਹੋਏ ਨੇ। ਕਿਸੇ ਦੀ ਧੀ ਭੈਣ ਸੇਫ ਨਹੀਂ ਹੈਗੀ, ਕੋਈ ਵਪਾਰੀ ਸੇਫ ਨਹੀਂ ਹੈਗਾ। ਫਿਰੋਜ਼ਪੁਰ ਦੇ ਵਿੱਚ ਆਏ ਦਿਨ ਵਾਰਦਾਤਾਂ ਹੁੰਦੀਆਂ ਰਹਿੰਦੀਆਂ, ਕਿਸੇ ਦਾ ਬਾਈਕ ਚੱਕਿਆ ਜਾਂਦਾ ਜਾਂ ਲੁੱਟਾਂ ਖੋਮ ਹੋ ਜਾਂਦੀਆਂ ਜਾਂ ਕਿਸੇ ਘਰੇ ਜਾ ਕੇ ਚੋਰੀ ਹੋ ਜਾਂਦੀ ਹੈ। ਪਲੀਜ਼ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਚੋਰਾਂ ਨੂੰ
ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ, ਫਿਰੋਜ਼ਪੁਰ ਸ਼ਹਿਰ ਦਾ ਮਾਹੌਲ ਨਾ ਵਿਗੜੇ, ਕਿਉਂਕਿ ਬਹੁਤ ਜ਼ਿਆਦਾ ਇੱਥੇ ਚੋਰੀ ਦੀਆਂ ਵਾਰਦਾਤਾਂ ਵਧੀ ਜਾਂਦੀਆਂ, ਲੁੱਟਾਂ ਖੋਹਾਂ ਵਧੀ ਜਾਂਦੀਆਂ।